ਇੱਕ ਪਾਸੇ ਜਿੱਥੇ ਪੰਜਾਬ ਭਰ ਦੇ ਡਾਕਟਰ ਆਪਣੇ ਡਾਕਟਰ ਸਾਥੀ ਨੂੰ ਇਨਸਾਫ ਦਿਵਾਉਣ ਲਈ ਹੜਤਾਲ 'ਤੇ ਚੱਲ ਰਹੇ ਨੇ, ਉਸ ਕਰਕੇ ਓ ਪੀ ਡੀ ਬਿਲਕੁਲ ਬੰਦ ਹੈ। ਇਸ ਵਕਤ ਅਸੀਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਖੜ੍ਹੇ ਹਾਂ। ਇੱਕ ਵਾਰ ਤਸਵੀਰਾਂ ਦਿਖਾ ਦਈਏ ਕਿ ਇੱਥੇ ਓ ਪੀ ਡੀ ਹੈ ਜਿਹੜੀ ਬਿਲਕੁਲ ਬੰਦ ਹੈ, ਅਤੇ ਮਰੀਜ਼ ਨੇ ਜਿਹੜੇ ਇੱਥੇ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਇਲਾਜ ਕਰਵਾਉਣ ਲਈ ਆ ਰਹੇ ਨੇ, ਦਵਾਈ ਲੈਣ ਲਈ ਆ ਰਹੇ ਨੇ, ਜਿੱਥੇ ਉਹ ਖੱਜਲ ਖੁਆਰ ਹੋ ਰਹੇ ਨੇ। ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਬਾਈ ਜੀ ਕਿੱਥੋਂ ਆਏ ਹੈਗੇ ਹੋ, ਕੀ ਦਵਾਈ ਲੈਣਾ ਇੱਥੇ? ਮੇਰਾ ਪਿੰਡ ਨਥਾਣਾ ਹੈ ਜੀ। ਹਾਂਜੀ, ਮੈਂ ਸਰਵਿਸ ਵਾਸਤੇ, ਆਪਣੀ ਗੌਰਮੈਂਟ ਸਰਵਿਸ ਵਾਸਤੇ ਮੈਡੀਕਲ ਕਰਵਾਉਣ ਆਇਆ ਸੀ, ਬਟ ਇੱਥੇ ਆ ਕੇ ਪਤਾ ਲੱਗਿਆ ਕਿ ਸਾਰੀ ਹੜਤਾਲ ਹੈ ਜੀ। ਅੱਜ ਬੁੱਧਵਾਰ ਨੂੰ ਵੀ ਮੈਂ ਆਇਆ ਸੀਗਾ, ਉਸ ਦਿਨ ਵੀ ਹੜਤਾਲ ਸੀਗੀ। ਕੱਲ੍ਹ ਤਾਂ ਚਲੋ 15 ਅਗਸਤ ਛੁੱਟੀ ਆ ਗਈ, ਕੱਲ੍ਹ ਤਾਂ, ਅਤੇ ਅੱਜ ਫਿਰ ਆਇਆ ਸੀਗਾ। ਕੱਲ੍ਹ ਪਤਾ ਕੀਤਾ ਸੀਗਾ ਕਿ ਚਲੋ ਠੀਕ ਹੈ ਜੀ, ਵੀ ਓ ਪੀ ਡੀ ਚੱਲੇਗੀ, ਬਟ ਇੱਥੇ ਕੇ ਪਤਾ ਲੱਗਿਆ ਕਿ ਓ ਪੀ ਡੀ ਬੰਦ ਹੈ। ਪਹਿਲਾਂ ਇੱਕ ਮੁਸ਼ਕਿਲ ਆ ਰਹੀ ਹੈਗੀ ਹੈ, ਤੁਸੀਂ ਆਏ ਹੋ, ਕੰਮ ਛੱਡ ਕੇ ਆਏ ਹੋ? ਸਰ, ਮੁਸ਼ਕਿਲ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਹੈਗਾ, ਕਿਉਂਕਿ ਹੋ ਸਕਦਾ ਕਿ ਸੋਮਵਾਰ ਮੰਗਲਵਾਰ ਤੱਕ ਗੌਰਮੈਂਟ ਵੱਲੋਂ ਲਿਸਟ ਪੈ ਜੇ ਕਿ ਭਾਈ ਤੁਸੀਂ ਇਸ ਦਿਨ ਆਓ ਸਾਡੇ ਕੋਲ ਤਾਂ, ਬਟ ਜੇ ਸਾਡਾ ਮੈਡੀਕਲ ਨਾ ਹੋਇਆ ਤਾਂ ਫਿਰ ਹੋ ਸਕਦਾ ਹੋਰ ਵੀ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ, ਤਾਂ ਦੇਖੋ ਕੀ ਬੰਦਾ। ਹਜੇ ਤਾਂ ਆਏ ਹੈਗੇ ਕਿ ਪਹਿਲਾਂ ਇਹ ਗੱਲ ਹੋਈ ਸੀਗੀ, ਕਿਸੇ ਤੋਂ ਪੁੱਛਿਆ ਸੀਗਾ ਕਿ 11 ਵਜੇ ਤੱਕ ਓ ਪੀ ਡੀ ਚੱਲ ਪਏਗੀ, ਬਟ ਹਜੇ ਤੱਕ ਕੋਈ ਇਸ ਬਾਰੇ ਇਨਫੋਰਮੇਸ਼ਨ ਨਹੀਂ ਹੈਗੀ। ਬਿਲਕੁਲ ਖੱਜਲ ਖੁਆਰ ਹੋ ਰਹੇ ਨੇ, ਕੁਝ ਪੇਸ਼ੈਂਟ ਵੀ ਆਏ ਨੇ, ਕਿੱਥੋਂ ਆਏ ਹੋ, ਕਾਹਦੀ ਦਵਾਈ ਲੈਣ ਆਏ? ਹਾਂਜੀ, ਪੈਰ ਕਾ ਦਵਾਈ ਲੈਣੇ ਆਏ ਤੇ ਹੱਡੀ ਵਾਲੇ ਡਾਕਟਰ ਸਾਹਿਬ ਮਿਲਣੇ। ਹਾਂ, ਕਿੰਨੀ ਕੁ ਮੁਸ਼ਕਿਲ ਆ ਰਹੀ ਹੈਗੀ ਹੈ, ਤੁਸੀਂ ਆਏ ਹੋ ਤੇ ਗਰਮੀ 'ਚ ਆਏ ਹੈਗੇ ਹੋ, ਕਿੱਥੋਂ ਆਏ ਹੈਗੇ ਹੋ? ਪ੍ਰਤਾਪ ਢਿੱਲੋਂ, ਬਸਤੀ ਨਰਵਾਨਾ ਰੋਡ। ਅੱਛਾ, 3 ਮਗਰ। ਕਿੰਨੀ ਕੁ ਮੁਸ਼ਕਿਲ ਆ ਰਹੀ, ਤੁਹਾਨੂੰ ਲੱਗਦਾ ਪਹਿਲਾਂ ਇੰਡੀਮੇਸ਼ਨ ਹੋਣੀ ਚਾਹੀਦੀ, ਪਤਾ ਲੱਗਣਾ ਚਾਹੀਦਾ ਵੀ ਹੜਤਾਲ ਅੱਜ? ਨਹੀਂ, ਮੈਨੂੰ ਪਤਾ ਨਹੀਂ ਤਾਂ ਇਹ, ਹਾਂ ਕਿ ਪਤਾ ਚੱਲਾ ਕਿ ਹੜਤਾਲ ਲੱਗ ਗਿਆ, ਦਿਹਾੜੀ ਵੀ ਤੋੜ ਗਿਆ, ਦਿਹਾੜੀ ਤੋੜ, ਕੰਮ ਵੀ ਛੋੜ ਕੇ ਆਏ, ਅਤੇ ਹਾਂ ਆਉਣ ਕੇ ਬਾਅਦ ਪਤਾ ਚੱਲਾ ਕਿ ਡਾਕਟਰ ਹੜਤਾਲ ਪਿਆ। ਬਿਲਕੁਲ, ਕੋਈ ਮਰੀਜ਼ ਨੇ ਕੋਈ, ਕਿੱਥੋਂ ਆਏ, ਕਿੱਥੋਂ ਆਏ ਹੈਗੇ ਹੋ ਜੀ? ਜੋਧਪੁਰੋਂ ਆਏ ਜੀ। ਜੋਧਪੁਰ, ਕਿੰਨੀ ਕੁ ਮੁਸ਼ਕਿਲ ਆ ਰਹੀ ਹੈ, ਬਸ 'ਤੇ ਆਏ ਹੈਗੇ ਹੋ? ਹਾਂ, ਬਸ 'ਤੇ ਵਾਹ ਵਾਹ ਹੋ ਗਈ, ਕਾਹਦੀ ਦਵਾਈ ਲੈਣੀ? ਸਾਨੂੰ ਪਤਾ ਨਹੀਂ, ਹੱਡੀ ਅੰਦਰ ਲਿਆ, ਪੈਰ ਦਿਖਾਉਣਾ ਗਾ, ਹੱਡੀ ਵੱਧਦੀ ਹੈ, ਦਿੱਕਤ ਹੈਗੀ ਅਸੀਂ। ਕਿੰਨਾ ਕੁ ਔਖਾ ਹੁੰਦਾ ਜਦੋਂ ਇੱਕ ਵਾਰ ਦਵਾਈ ਲੈਣ ਆਉਂਦਾ ਬੰਦਾ, ਪੇਸ਼ੈਂਟ ਹੋਵੇ, ਦੂਜੇ ਪਾਸੇ ਗਾ ਡਾਕਟਰ ਨਾ ਮਿਲੇ, ਕਿੰਨੀ ਕੁ ਮੁਸ਼ਕਿਲ ਕਿੰਨੀ ਕੁ ਆਉਂਦੀ ਹੈਗੀ? ਬਹੁਤ ਔਖੇ ਹਾਂ ਜੀ, ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਛੁੱਟੀ ਹੈ। ਕੀ ਕਹਿਣਾ, ਤੁਸੀਂ ਕਿੱਥੋਂ ਆਏ ਹੋ, ਕਾਹਦੀ ਦਵਾਈ ਲੈਣੀ? ਭਗਤ ਭਾਈ ਸਰ, ਅਸੀਂ ਬੱਚਿਆਂ ਨੂੰ ਫਿਜੀਓਥੈਰੇਪੀ ਕਰਾਉਂਦੇ ਹਾਂ। ਅੱਛਾ, ਹਾਂਜੀ, ਅਸੀਂ ਡਾਕਟਰ ਰਵਿੰਦਰ ਡਾਕਟਰ ਨੂੰ ਮਿਲਣਾ ਸੀ ਅੱਜ, ਸਾਨੂੰ ਪਤਾ ਨਹੀਂ ਸੀ ਵੀ ਅੱਜ ਛੁੱਟੀ ਆਈ। ਕਿੰਨੀ ਕੁ ਮੁਸ਼ਕਿਲ ਕਿੰਨੀ ਕੁ ਆਈ ਹੈ ਨਾਲ ਬੱਚੇ ਨੂੰ ਮਿਲ ਕੇ? ਬਹੁਤ ਬੱਚਾ ਚੱਕਣਾ ਕਰਨਾ, ਬੱਚੇ ਨੂੰ ਬਹੁਤ ਔਖਾ ਹੁੰਦਾ, ਬੱਚਾ ਹੈਂਡੀਕੈਪਟ ਆ, ਉਹਨੂੰ ਚੱਕ ਕੇ ਲਿਆਏ ਹਾਂ, ਫਿਰ ਔਖਾ ਹੋ ਜਾਂਦਾ ਜੀ ਰਸਤੇ। ਯਾਰ ਦੀ ਗਰਮੀ ਪੈ ਰਹੀ ਹੈ, ਗਰਮੀ 'ਚ ਆਉਣਾ ਬਹੁਤ ਗਰਮੀ ਹੈ ਸਰ, ਗਰਮੀ ਬਹੁਤ ਜ਼ਿਆਦਾ ਪੈ ਰਹੀ ਆ, ਦਿੱਕਤ ਬਹੁਤ ਆ ਰਹੀ ਹੈ। ਤੁਹਾਨੂੰ ਲੱਗਦਾ ਨਹੀਂ ਪਹਿਲਾਂ ਦੱਸਣਾ ਚਾਹੀਦਾ ਵੀ ਅੱਜ ਹੜਤਾਲ ਹੈਗੀ? ਦੱਸਣਾ ਚਾਹੀਦਾ ਸੀ ਇਹਨਾਂ ਨੂੰ ਹੜਤਾਲ ਆ, ਸਾਨੂੰ ਆਉਣਾ ਜਾਣਾ ਸੌਖਾ ਹੋ ਜਾਂਦਾ, ਪਤਾ ਹੁੰਦਾ ਵੀ ਛੁੱਟੀ ਆ, ਨਹੀਂ ਆਉਂਦੇ ਸੀਗੇ। ਬਿਲਕੁਲ, ਲੋਕ ਨੇ ਜਿਹੜੇ ਦੇਖ ਸਕਦੇ ਇੱਥੇ ਖੱਜਲ ਖੁਆਰ ਹੋ ਰਹੇ ਨੇ, ਅਲੱਗ ਅਲੱਗ ਦਵਾਈਆਂ ਲੈਣ ਜਿਹੜੇ ਇੱਥੇ ਪੁੱਜੇ ਨੇ, ਕੋਈ ਕਿਸੇ ਦੀ ਦਵਾਈ ਲੈਣ ਪਹੁੰਚਿਆ, ਕੋਈ ਬੱਚੇ ਨੂੰ ਦਵਾਈ ਦਿਵਾਉਣ ਪੁੱਜਿਆ, ਕੁਛ ਬਜ਼ੁਰਗ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਕਿੰਨੀ ਕੁ ਪਰੇਸ਼ਾਨੀ ਹੋ ਰਹੀ ਹੈ ਪਿੰਡ 'ਚੋਂ ਆਏ ਹੋਗੇ, ਗਰਮੀ ਦਾ ਟਾਈਮ ਹੈ? ਪਰੇਸ਼ਾਨੀ ਤਾਂ ਇਹ ਹੈਗੀ ਹੈ ਕਿ ਜਦੋਂ ਅਸੀਂ ਮੋਟਰਸਾਈਕਲ 'ਤੇ ਆਏ ਹਾਂ, ਮੋਟਰਸਾਈਕਲ 'ਤੇ ਫਿਰ ਮੁੜ ਕੇ ਜਾਵਾਂਗੇ, ਬਸ ਆਹੀ ਹੈ, ਫਿਰ ਕੱਲ੍ਹ ਦਾ ਵੀ ਕੋਈ ਪਤਾ ਨਹੀਂ ਇਹਨਾਂ ਦਾ। ਕੱਲ੍ਹ ਵੀ 15 ਅਗਸਤ ਕਰਕੇ ਛੁੱਟੀ ਸੀਗੀ, ਕੱਲ੍ਹ ਵੀ ਛੁੱਟੀ ਸੀ, ਹੋਰ ਕੱਲ੍ਹ ਦਾ ਵੀ ਕੋਈ ਪਤਾ ਨਹੀਂ, ਕਹਿੰਦੇ ਵੀ ਛੁੱਟੀ ਹੋ ਕੇ ਨਾ। ਅਜੇ ਕੱਲ੍ਹ ਦਾ ਵੀ ਕਹਿੰਦੇ ਕੋਈ ਪਤਾ ਨਹੀਂ, ਮੁਸ਼ਕਿਲ ਕਾਫੀ ਹੈ ਮਰੀਜ਼ਾਂ ਨੂੰ ਆ ਰਹੀ ਹੈ। ਕਿੱਥੋਂ ਆਏ ਹੋ, ਕਾਹਦੀ ਦਵਾਈ ਲੈਣਾ? ਅਸੀਂ ਸਰਾਵਾਂ ਬੋਤਲਾਂ ਨੂੰ ਆਏ ਜੀ। ਅੱਛਾ, 6-7 ਗੇੜੇ ਹੋ ਗਏ ਜੀ, ਬੜੀ ਮੁਸ਼ਕਿਲ ਹੈ, ਛੋਟੇ ਬੱਚੇ ਜੀ, ਦਵਾਈ ਲੈਣ ਆਉਣਾ ਪੈਂਦਾ ਜੀ, ਅਤੇ ਦਵਾਈ ਦਿਵਾਉਣਾ? ਨਹੀਂ ਜੀ, ਮੈਂ ਆਪਦੀ ਲੈਣੀ, ਕਾਲੇ ਪੀਲੀਏ ਦੀ। ਅੱਛਾ, ਹਾਂਜੀ, ਬਿਲਕੁਲ ਮਰੀਜ਼ ਨੇ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ, ਖੱਜਲ ਖੁਆਰ ਹੋ ਰਹੇ ਨੇ, ਕੋਈ ਮਰੀਜ਼ ਨੇ ਕੋਈ ਆਪਣੇ ਬੱਚੇ ਨੂੰ ਲੈ ਕੇ ਆਇਆ, ਕੋਈ ਬਜ਼ੁਰਗਾਂ ਨੂੰ ਲੈ ਕੇ ਆਇਆ, ਕਿਉਂਕਿ ਕੱਲ੍ਹ 15 ਅਗਸਤ ਦੀ ਛੁੱਟੀ ਸੀ, ਇਸ ਕਰਕੇ 2 ਦਿਨ ਹੋ ਗਏ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਦੂਜੇ ਪਾਸੇ ਡਾਕਟਰਾਂ ਦੀ ਦੇਖੀਏ ਤਾਂ ਡਾਕਟਰਾਂ ਦੀ ਵੀ ਵੱਡੀ ਮੁਸ਼ਕਿਲ ਹੈ, ਕਿਉਂਕਿ ਉਹਨਾਂ ਦੇ ਡਾਕਟਰ ਸਾਥੀ ਦੇ ਉੱਤੇ
ਜਿੱਥੇ ਬਲਾਤਕਾਰ ਕੀਤਾ ਗਿਆ ਉੱਥੇ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਸ ਲਈ ਇਨਸਾਫ ਉਹਨਾਂ ਵੱਲੋਂ ਵੀ ਮੰਗਿਆ ਜਾ ਰਿਹਾ ਤਾਂ ਲੋੜ ਆ ਸਰਕਾਰਾਂ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ। ਮਨੀਸ਼ ਗਰਗ, PTC ਨਿਊਜ਼, ਬਠਿੰਡਾ।